दोस्तों प्रधानमंत्री आवास योजना 2020 के तहत गरीब और लोड़वंद परिवारों को 1,20,000 तो लैके 1,50,000 तक का बेनीफिट दिता जाता है। तो इस वीडियो में आप पूरी गल करेंगे प्रधानमंत्री आवास योजना है कि इस स्कीम को अप्लाई किमें करना है और दस्तावेज़ कि दस्तावेज की जरूरत है और मोबाइल से अप्लाई किमें करे। और दोस्तों ज़्यादा टाइम वेस्ट नहीं करते, सीधे मोटिव पर आने। तो दोस्तों प्रधानमंत्री आवास योजना है कि तो आप जान लीए कि प्रधानमंत्री आवास योजना जो सरकारी बसेरा योजना है जो कि शहरी और पेंडू गरीब परिवारों लिए किफायती रिहायशी प्रदान करने लिए है। तो प्रधानमंत्री एक तो अर्बन स्टेट लिए होंगे है तो एक रूरल स्टेट्स लिए, तो दोनों का उद्देश्य यही होंगे कि आर्थिक तौर पर हेल्प करनी, तो अपनी इट्टा जो भी मटीरियल हों घर बनाने वास्ते प्रोवाइड करवाना। इस स्कीम तहत जो भी पेमेंट आती है, जो भी मुआवजा आता है 1,20,000 तो लैके 1,50,000 तक, वह पैसा सीधा जो थोड़े बैंक अकाउंट में आता या डाकघर थोड़ा खाता खुलिया हुआ उस सीधा बेनीफिट थोड़ा मिलता है। तो अगे गल करिए दोस्तों रिक्वायरमेंट की ने कि कैंडीडेट अप्लाई कर सकता है, उस होना चाहिए है। तो सब तो पहला वो घर रहत परिवार होना चाहिए, उसकी जो फैमिली है अपना खुद का घर एक भी नहीं होना चाहिए, ना ही जमीन होनी चाहिए, तो जिमें कि आम मजदूर हो मजदूरी तो आमदन प्राप्त करता हो। जो 16 तो 69 साल की उम्र का कोई भी बालक पुरुष मैंबर नहीं है तो वह भी इस स्कीम अप्लाई कर सकता है फैमिली। जो 16 तो 69 के कोई भी मेल बंदा नहीं है तो किसी योग शरीर वाले मैंबर ਅਤੇ ਕਿਸੇ ਅਪੰਗ ਮੈਂਬਰ ਦੇ ਨਾਲ ਵਾਲੇ ਪਰਿਵਾਰ ਵੀ ਇਸ ਨੂੰ ਅਪਲਾਈ ਕਰ ਸਕਦਾ, ਇੱਕ ਮੈਂਬਰ ਅਪਲਾਈ ਕਰ ਸਕਦਾ ਹੈ। ਅਤੇ ਮੋਸਟਲੀ ਗੱਲ ਹੈ ਜੋ SC ST ਜਾਂ ਘੱਟ ਗਿਣਤੀ ਵਾਲੀ ਜੋ ਕੈਟੇਗਰੀ ਹੈ ਜੋ ਵਰਗ ਨੇ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ। ਆਪਾਂ ਡਾਕੂਮੈਂਟ ਦੇ ਗੱਲ ਇਹਨੇ ਕਿਹੜੇ ਕਿਹੜੇ ਦਸਤਾਵੇਜ਼ ਆਪਾਂ ਨੂੰ ਚਾਹੀਦੇ ਆ ਇਸ ਨੂੰ ਅਪਲਾਈ ਕਰਨ ਲਈ। ਤੋ ਸਭ ਤੋਂ ਪਹਿਲਾਂ ਆਪਣੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ, ਅਤੇ ਨੰਬਰ 2 ਤੇ ਆਪਣੇ ਕੋਲ ਲਾਭਪਾਤਰੀ ਕਾਰਡ ਜਿਸ ਦੀ ਮੈਂ ਪਹਿਲਾਂ ਵੀਡੀਓ ਬਣਾ ਚੁੱਕਿਆ, ਜੇ ਤੁਹਾਡਾ ਨਹੀਂ ਬਣਿਆ ਤਾਂ ਪ੍ਰਾਈਵੇਟ ਅੰਦਰ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਅਤੇ ਆਪਣਾ ਲਾਭਪਾਤਰੀ ਕਾਰਡ ਬਣਵਾ ਸਕਦੇ ਹੋ। ਤੀਜਾ ਆਪਣੇ ਕੋਲ ਮਨਰੇਗਾ ਰਜਿਸਟਰ ਕਾਰਡ ਹੋਣਾ ਚਾਹੀਦਾ ਹੈ, ਅਤੇ ਜੋਬ ਕਾਰਡ ਹੁੰਦਾ ਦੋਸਤੋ। ਜੇ ਇਹ ਵੀ ਨਹੀਂ ਤੁਹਾਡਾ ਬਣਿਆ ਹੋਇਆ ਤਾਂ ਮੇਰੇ ਚੈਨਲ 'ਤੇ ਚੈੱਕ ਕਰ ਲਿਓ, ਇਹ ਤੁਹਾਨੂੰ ਵੀਡੀਓ ਮਿਲ ਜਾਊਗੀ। ਅਤੇ ਲਾਭਪਾਤਰੀ ਦੀ ਸਵੈਸ ਭਾਰਤ ਮਿਸ਼ਨ ਦਾ ਇੱਕ ਸਰਟੀਫਿਕੇਟ ਹੁੰਦਾ SPM ਸੰਖਿਆ, ਜੋ ਨੋਰਮਲੀ ਸੁਵਿਧਾ ਕੇਂਦਰ 'ਤੇ ਜਾ ਕੇ ਬਣ ਜਾਂਦਾ ਹੈ, ਅਤੇ ਬੈਂਕ ਖਾਤੇ ਦਾ ਬੇਲ ਬਣਾਉਣਾ ਚਾਹੀਦਾ। ਓਕੇ ਦੋਸਤੋ, ਅਤੇ ਇੱਕ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ, ਨੋਰਮਲੀ ਹੁੰਦੇ ਸਭ ਨੂੰ ਪਤਾ ਹੀ ਹੈ। ਅਤੇ ਅੱਗੇ ਗੱਲ ਕਰੀਏ ਦੋਸਤੋ ਇਸ ਸਕੀਮ ਲਈ ਆਪਾਂ ਅਪਲਾਈ ਕਿਵੇਂ ਕਰ ਸਕਦੇ ਹਾਂ। ਦੋਸਤੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ ਜਿਸ ਦਾ ਮੈਂ ਐਡਰੈਸ ਤੁਹਾਨੂੰ ਸਾਹਮਣੇ ਦਿੱਤਾ ਹੋਇਆ, ਇਸ 'ਤੇ ਤੁਸੀਂ ਜਾਓਗੇ ਅਤੇ ਉੱਥੇ ਤੁਹਾਨੂੰ ਔਨਲਾਈਨ ਅਪਲਾਈ ਕਰਨ ਦਾ ਜੋ ਫੰਕਸ਼ਨ ਹੁੰਦਾ ਉਹ ਮਿਲ ਜਾਂਦਾ ਹੈ। ਓਕੇ ਦੋਸਤੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀਡੀਓ ਬਣਾਵਾਂ ਕਿ ਔਨਲਾਈਨ ਅਪਲਾਈ ਕਿਵੇਂ ਕਰਨਾ, ਆਪਣੇ ਮੋਬਾਈਲ ਉੱਪਰ ਘਰ ਬੈਠੇ ਤੁਸੀਂ ਕਿਵੇਂ ਕਰ ਸਕਦੇ ਹੋ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਓਕੇ ਦੋਸਤੋ, ਸਬਸਕ੍ਰਾਈਬ ਕਰਨ ਲਈ ਜੋ ਤੁਹਾਨੂੰ ਇਹ ਨੀਚੇ ਤੀਰ ਦਾ ਐਰੋ ਦਾ ਨਿਸ਼ਾਨ ਦਿਖ ਰਿਹਾ ਉੱਥੇ ਜਾ ਕੇ ਕਲਿੱਕ ਕਰੋ, ਸਬਸਕ੍ਰਾਈਬ ਆਟੋਮੈਟਿਕਲੀ ਹੋ ਜਾਂਦਾ। ਓਕੇ ਦੋਸਤੋ।